ਤੇਰੇ ਰੀ ਕਸ਼ਮੀਰ ਜੰਮੂ ਹੈ ਖਬਰਾਂ ਦੇ ਬੁਲੇਟਿਨ ਚ ਤੁਹਾਡਾ ਸਵਾਗਤ। ਪਹਿਲੇ ਖਾਸ ਖਾਸ ਖਬਰਾਂ ਕਰਨਾ ਮੈਂ ਪ੍ਰਮਿਲਾ ਜੰਵਾਲ। ਜੈਸ਼ੇ ਮੁਹੰਮਦ ਦਾ ਆਤੰਕਵਾਦੀ ਬਾਰਾਮੁਲਾ ਤੋਂ ਗ੍ਰਿਫ਼ਤਾਰ, ਉਹਦੇ ਕਬਜ਼ੇ ਸ਼ਾ ਅਸਲਾ ਤੇ ਬਰੂਦ ਬਰਾਮਦ ਕੀਤਾ ਗਿਆ। ਨੈਸ਼ਨਲ ਕਾਨਫਰੰਸ ਦਾ 15 ਮੈਂਬਰੀ ਪ੍ਰਤੀਨਿਧੀ ਮੰਡਲ ਡਾਕਟਰ ਫਾਰੂਕ ਅਬਦੁੱਲਾ ਤੇ ਉਮਰ ਅਬਦੁੱਲਾ ਹੋਰਾਂ ਨੂੰ ਮਿਲਿਆ। ਐਮਬੀਡੀਏ ਨੇ ਆਖਿਆ ਜੇ ਮੀਟਿਓਰ ਤੇ ਸਕੈਲਪ ਮਿਜ਼ਾਈਲਾਂ ਕੰਨੇ ਲੈਸ ਰਾਫੇਲ ਜੈੱਟ ਭਾਰਤ ਕੀ ਉਤਕ੍ਰਿਸ਼ਟ ਜੰਗ ਸਮਰਥ ਹਾਸਲ ਕਰਵਾਗ। ਮੁਲਕ ਦੇ ਵੱਖ ਵੱਖ ਹਿੱਸਿਆਂ ਚ ਅੱਜ ਦੁਰਗਾਸ਼ਟਮੀ ਮਨਾਈ ਜਾ ਰਹੀ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਜਪਾਲ ਸਤਿਪਾਲ ਮਲਿਕ ਹੋਰੇ ਲੋਕਾਂ ਗੀ ਮਹਾਨੌਮੀ ਤੇ ਦੁਸਹਿਰੇ ਦੀਆਂ ਮੁਬਾਰਕਾਂ ਦਿੱਤੀਆਂ। ਹੁਣ ਖਬਰਾਂ ਦੀ ਤਫਸੀਲ ਕਰਨਾ ਸ਼ੁਤੀ ਖਜੂਰੀਆ। ਉੱਤਰੀ ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ ਦਾ ਇਕ ਨੌਜਵਾਨ ਜਿਹੜਾ ਹਾਲ ਚ ਆਤੰਕਵਾਦੀ ਸੰਗਠਨ ਜੈਸ਼ ਏ ਮੁਹੰਮਦ ਚ ਸ਼ਾਮਿਲ ਹੋ ਗਿਆ ਹੈ, ਉਸੀ ਗ੍ਰਿਫ਼ਤਾਰ ਕਰ ਲਿਆ ਗਿਆ। DIG ਬਾਰਾਮੁਲਾ ਮੁਹੰਮਦ ਸੁਲੇਮਾਨ ਚੌਧਰੀ ਹੋਰਾਂ ਦੱਸਿਆ ਹੈ ਜੇ ਬਾਰਾਮੁਲਾ ਪੁਲਿਸ ਤੇ CRPF ਦੇ ਸਾਂਝੇ ਅਭਿਆਨ ਦੌਰਾਨ ਉਸੀ ਫਗੜਿਆ ਗਿਆ। ਉਹਦੇ ਕਬਜ਼ੇ ਸੋਂ ਅਸਲਾ ਤੇ ਬਰੂਦ ਬਰਾਮਦ ਕੀਤਾ ਗਿਆ। ਨੈਸ਼ਨਲ ਕਾਨਫਰੰਸ ਦਾ 15 ਮੈਂਬਰੀ ਪ੍ਰਤੀਨਿਧੀ ਮੰਡਲ ਅੱਜ ਪਾਰਟੀ ਦੇ ਨੇਤਾ ਫਾਰੂਕ ਅਬਦੁੱਲਾ ਤੇ ਉਮਰ ਅਬਦੁੱਲਾ ਹੋਰਾਂ ਨੂੰ ਮਿਲਿਆ। ਇਹ ਦਵਾਂ ਨੇਤਾ ਇਹਦਾ ਸਚਿਨ ਪ੍ਰਤੀਨਿਧੀ ਮੰਡਲ ਨੇ ਰਿਆਸਤ ਚ ਹਾਲ ਚ ਹੋਏ ਦੇ ਘਟਨਾਕ੍ਰਮ ਤੇ ਆਉਂਦੇ ਮੁਕਾਮੀ ਨਿਕਾਏ ਦੇ ਚੁਣਾਵਾਂ ਬਾਰੇ ਦੋਨੇ ਨੇਤਾਵਾਂ ਕਨੇ ਵੱਖਰੇ ਵੱਖਰੇ ਮਲਾਟੀ ਕੀਤੀ। ਸਰਕਾਰ ਨੇ ਦੋਨੇ ਨੇਤਾਵਾਂ ਕਨੇ ਮਲਾਟੀ ਕਰਨ ਵਾਸਤੇ ਪ੍ਰਤੀਨਿਧੀ ਮੰਡਲ ਦੀ ਇਜਾਜ਼ਤ ਦਿੱਤੀ ਸੀ। ਪ੍ਰਤੀਨਿਧੀ ਮੰਡਲ ਦੀ ਅਗਵਾਈ ਪਾਰਟੀ ਦੇ ਜੰਮੂ ਪ੍ਰਾਂਤੀ ਪ੍ਰਧਾਨ ਦਵਿੰਦਰ ਸਿੰਘ ਰਾਣਾ ਹੋਰਾਂ ਕੀਤੀ। ਰਾਣਾ ਹੁੰਦੀ ਅਗਵਾਈ ਚ ਪ੍ਰਤੀਨਿਧੀ ਮੰਡਲ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਹੋਰਾਂ ਗੀ ਕਰੀਬਨ 30 ਮਿੰਟਾਂ ਲਈ ਹਰੀ ਨਿਵਾਸ ਚ ਮਿਲਿਆ। ਦਵਿੰਦਰ ਰਾਣਾ ਹੋਰੇ ਪਾਰਟੀ ਪ੍ਰਧਾਨ ਫਾਰੂਕ ਅਬਦੁੱਲਾ ਤੇ ਉਪ ਪ੍ਰਧਾਨ ਉਮਰ ਅਬਦੁੱਲਾ ਹੋਰਾਂ ਗੀ ਰਿਹਾ ਕਰਨ ਲਈ ਗਲਾਇਆ ਤਾਂ ਜੋ ਬਲਾਕ ਵਿਕਾਸ ਕੌਂਸਲ ਦੇ ਚੁਣਾਵਾਂ ਵਾਲੀ ਪ੍ਰਕਿਰਿਆ ਗੀ ਸ਼ੁਰੂ ਕੀਤਾ ਜਾ ਸਕੇ। ਫਾਰੂਕ ਅਬਦੁੱਲਾ ਹੁੰਦੇ ਕੰਨੇ ਮਲਾਟੀ ਕਰਨ ਮਗਰਾਂ ਰਾਣਾ ਹੋਰੇ ਆਖਿਆ ਜੇ ਪਾਰਟੀ ਦੇ ਤੌਰ ਪਰ ਅਸ ਸਿਆਸੀ ਪ੍ਰਕਿਰਿਆ ਗੀ ਸ਼ੁਰੂ ਕਰਨ ਦੀ ਤੇ ਖਿੱਤੇ ਚ ਲੋਕਤੰਤਰ ਦੀ ਪਰਤੀਏ ਬਹਾਲੀ ਕਰਨ ਦੀ ਅਪੀਲ ਕਰਨੇ ਆ। ਉਨੇ ਗਲਾਇਆ ਜੇ ਜਿਨੇ ਸਿਆਸੀ ਨੇਤਾਵਾਂ ਖਿਲਾਫ਼ ਕੋਈ ਅਪਰਾਧਿਕ ਮਾਮਲਾ ਨਹੀਂ ਹੈ ਉਨੇ ਗੀ ਛੋੜਿਆ ਜਾਣਾ ਲੋੜਦਾ। ਭਾਰਤ ਗੀ ਪਹਿਲਾ ਰਫੇਲ ਜੈੱਟ ਸੌਂਪਣੇ ਕਸ਼ਾ ਪਹਿਲੇ ਮਿਸਾਈਲ ਬਣਾਉਣ ਵਾਲੀ ਯੂਰਪ ਦੀ MBDA ਨੇ ਆਖਿਆ ਹੈ ਜੇ ਇਹ ਜੈੱਟ ਮਿਟਿਓਰ ਤੇ ਸਕੈਲਪ ਮਿਸਾਈਲ ਜਿਹੇ ਭਲਿਆਂ ਅੱਜੇ ਕੱਲੇ ਵਾਲੇ ਹਥਿਆਰਾਂ ਕੰਨੇ ਲੈਸ ਹੋਗ। ਰਫੇਲ ਜੈੱਟ ਕੰਨੇ ਮੁਲਕ ਕਸ਼ ਦੂਰ ਤਗਰ ਅੰਦਰ ਜਾਈਏ ਹਮਲਾ ਕਰਨ ਦੀ ਸਮਰਥ ਦੇ ਕੰਨੋ ਕੰਨੀ ਪ੍ਰਾਂਤ ਚ ਹਵਾਈ ਸਮਰਥ ਚ ਵੀ ਵਾਧਾ ਦਰਜ ਕੀਤਾ ਜਾਵੇਗਾ। 60,000 ਕਰੋੜ ਰੁਪਏ ਦੇ ਛੇਤੀਆਂ ਰਫੇਲ ਜੈੱਟ ਦੇ ਮਿਟਿਓਰ ਉਸ ਨਿਸ਼ਾਨੇ ਗੀ ਹਵਾ ਥਮਾਂ ਹਵਾ ਤੱਕ ਮਾਰਕ ਕਰਨ ਦੀ ਸਮਰਥ ਰੱਖਦੇ ਨੇ ਜਿਹੜਾ ਨਜ਼ਰੀ ਥਮਾਂ ਓਲੇ ਵੀ ਕੀ ਨਹੀਂ ਹੋਵੇ। MBDA ਨੇ ਸਕੈਲਪ ਕਰੂਜ਼ ਮਿਸਾਈਲ ਗੀ ਹਥਿਆਰਾਂ ਦੇ ਇਕ ਪੈਕੇਜ ਦਾ ਹਿੱਸਾ ਹੋਣ। ਰਫੇਲ ਜੈੱਟ ਗੀ ਹਾਸਲ ਕਰਨ ਮਗਰਾਂ ਭਾਰਤ ਦੀ ਸਮਰਥ ਚ ਇੰਨਾ ਵਧਾ ਵਾਧਾ ਹੋਈ ਜਾਗ ਜਿਹੜਾ ਪਹਿਲੇ ਕਦੇ ਨਹੀਂ ਹਾ। ਰਕਸ਼ਾ ਮੰਤਰੀ ਰਾਜਨਾਥ ਸਿੰਘ ਹੋਰੇ ਆਉਂਦੇ ਮੰਗਲਵਾਰ ਨੇ ਪੈਰਿਸ ਚ ਦੇ ਇਕ ਹਵਾਈ ਅੱਡੇ ਪਰ ਪਹਿਲੇ ਰਫੇਲ ਜੈੱਟ ਗੀ ਹਾਸਲ ਕਰਗਨ। ਫਰਾਂਸ ਦੀ ਡਿਸੋਲ ਐਵੀਏਸ਼ਨ ਕੰਪਨੀ ਕੰਨੇ 3 ਬਰੇ ਪਹਿਲੇ ਕੀਤੇ ਗਏ ਦੇ ਇਕ ਵੱਡੇ ਸਮਝੌਤੇ ਮਗਰਾਂ ਹੁਣ ਰਫੇਲ ਜੈੱਟ ਭਾਰਤ ਗੀ ਸੌਂਪੇ ਜਾਂਗਨ। ਪੁਲਿਸ ਮਹਾਨਿਦੇਸ਼ਕ ਦਿਲਬਾਗ ਸਿੰਘ ਹੋਰੇ ਪੁੰਛ ਜ਼ਿਲ੍ਹੇ ਦੇ ਅਗੇਤਰੇ ਇਲਾਕਿਆਂ ਦਾ ਦੌਰਾ ਲਾਇਆ। ਉਨੇ ਜ਼ਿਲ੍ਹੇ ਚ ਅਭਿਆਨ ਸਬੰਧੀ ਤਿਆਰੀਆਂ ਤੇ ਮੌਜੂਦਾ ਸੁਰੱਖਿਆ ਹਾਲਾਤ ਦਾ ਜਾਇਜ਼ਾ ਲਿੱਤਾ। ਪੁੰਛ ਦੇ ਦੌਰੇ ਦੌਰਾਨ ਉਨੇ ਗੀ SSP ਤੇ ਪੁਲਿਸ ਦੇ ਹੋਰ ਦੂਏ ਅਫਸਰਾਂ ਜ਼ਮੀਨ ਉਪਰ ਚੱਲਣ ਦੇ ਮੌਜੂਦਾ ਅਭਿਆਨ, ਮੌਜੂਦਾ ਸੁਰੱਖਿਆ ਹਾਲਾਤ ਤੇ ਉਨਦੇ ਕੰਨੇ ਨਿਭਣ ਲਈ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ। DGP ਹੋਰਾਂ ਗੀ ਘੁਸਪੈਠ ਦੀਆਂ ਕੋਸ਼ਿਸ਼ਾਂ ਗੀ ਰੋਕਣ ਲਈ ਕੀਤੀ ਗਈ ਕਾਰਵਾਈਆਂ ਬਾਰੇ ਵੀ ਦਸਾਇਆ ਗਿਆ। DGP ਹੋਰੇ ਸਬੰਧਿਤ ਵੱਖ ਵੱਖ ਸੁਰੱਖਿਆ ਏਜੰਸੀਆਂ ਕੰਨੇ ਮਲਾਟੀ ਕੀਤੀ ਤੇ ਦਫ਼ਾ 370 ਗੇ ਹਟਾਏ ਜਾਣੇ ਮਗਰਾਂ ਸ਼ਾਂਤੀ ਬਹਾਲੀ ਤਨਦੇਹੀ ਕੰਨੇ ਨਿਭਾਈ ਗਈ ਡਿਊਟੀ ਬਿਜਨ ਕੁਸੇ ਸਵਾਰਥ ਤੇ ਉੱਚ ਮਿਆਰ ਵਾਲੇ ਮੁੱਲੇ ਕਦਰਾਂ ਗੀ ਅਪਣਾਉਣ ਲਈ ਬਲੇ ਦੀ ਸਰਾਹਨਾ ਕੀਤੀ। ਇਹਦੇ ਸਵਾ ਪਹਿਲੇ ਉਹਨੇ ਪੁੰਛ ਜ਼ਿਲ੍ਹੇ ਦੇ ਸੁਰਨਕੋਟ ਤਹਿਸੀਲ ਦੇ ਕੁਲਾਨੀ ਇਲਕਾਕਾ ਇਲਾਕੇ ਦਾ ਦੌਰਾ ਲਾਇਆ ਤੇ ਖਿੱਤੇ ਸਵਾਂ ਆਤੰਕਵਾਦ ਗੀ ਜੜ ਸਵਾਂ ਖਤਮ ਕਰਨ ਵਾਸਤੇ ਲੋਕਾਂ ਦੀ ਸਰਾਹਨਾ ਕੀਤੀ। ਜੰਮੂ ਕਸ਼ਮੀਰ ਰਾਜ ਪ੍ਰਦੂਸ਼ਣ ਨਿਯੰਤਰਣ ਬੋਰਡ ਨੇ ਅੰਤਰਰਾਸ਼ਟਰੀ ਸਵਯੰ ਸੇਵੀ ਫਾਊਂਡੇਸ਼ਨ ਕੰਨੇ ਰੈਲੀਏ ਵਿਕਰਮ ਚੌਕ ਚ ਤਵੀ ਦਰਿਆ ਗੀ ਬਚਾਣੇ ਦੀ ਇਕ ਮੁਹਿੰਮ ਚਲਾਈ। ਇਹ ਮੁਹਿੰਮ ਖਾਸ ਤੌਰ ਪਰ ਅਸ਼ਟਮੀ ਵਾਲੇ ਦਿਨ ਸਾਖ ਪਰਵਾਨੇ ਗੀ ਧਿਆਨ ਚ ਰੱਖੀਏ ਚਲਾਈ ਗਈ। ਸਵਯੰ ਸੇਵੀਆਂ ਪਵਿੱਤਰ ਸਾਖ ਗੀ ਵੱਖਰਾ ਕੀਤਾ ਤੇ ਹੋਰ ਦੂਏ ਸਮਾਨ ਕੂੜੇਦਾਨ ਚ ਪਾਇਆ। ਫੁੱਲਾਂ ਤੇ ਪੱਤਰਾਂ ਕੰਨੇ ਕੰਪੋਸਟ ਤਿਆਰ ਕੀਤਾ ਜਾਗ ਤੇ ਮਾਤਾ ਦੀਆਂ ਚੁੰਨੀਆਂ ਗੀ ਦਿੱਲੀ ਚ ਆਧਾਰਿਤ ਇਕ ਸਵਯੰ ਸੇਵੀ ਸੰਗਠਨ ਗੀ ਭੇਜਿਆ ਜਾਗ ਜਿਹੜੇ ਇਹਦੇ ਕੰਨੇ ਵਿਆਹ ਨੂੰ ਦੁਪੱਟੇ ਬਣਾਉਣ। जम्मू कश्मीर पोल्यूशन कंट्रोल बोर्ड और इंटरनेशनल वॉलंटियर फाउंडेशन पे एक जम्मू तवी जो है उसकी मुहिम का जो है शुरुआत की गई है, जिसमें विक्रम चौक में हमारे वॉलंटियर्स जो है वो लोगों का स्वागत करेंगे और उनसे रिक्वेस्ट करेंगे कि वो माता जी को प्रोवाइड करें तवी में जो नॉन बायोडिग्रेडेबल मटेरियल जितना भी वो साथ लाए हैं उसे वो उनको हैंड ओवर करें ताकि हम उसका रीयूज कर सकें और उसका कोई इन्वायरमेंटल बैड इफेक्ट ना हो। ये सभी भक्तों से जो है ये अपील की जाती है कि वो इसमें जो है जम्मू तवी को बचाने की मुहिम में अपना जो है सपोर्ट करें।
वैज्ञानिक ते उद्योगिक अनुसंधान परिषद CSIR ने आवास ते वायु प्रदूषण फैलाने आले पटाखें दी थार किश नमें पटाखे तैयार कीते न। सेहत ते परिवार कल्याण मैहकमे दे मंत्री डॉ हर्षवर्धन होरें कल नमीं दिल्ली च CSIR पासेआ कीते गेदे अनार पैंसलें ते चक्करी जनेही मती मंग आले पटाखे दिक्खे। ए पटाखे हुन दुकानदारें ते ग्राहकें लई बाजार च मौजूद न। स्याले आली राजधानी जम्मू च दरबार मूव लई तैयारियां कीतियां जा दियां न। ट्रैफिक मैहकमे आसेआ सिड़कें उप्पर नमें डिवाइडर लाने, ट्रैफिक प्रबंधन लई हीले करने दे जतन कीते जा रदे न। दफा 370 गी हटाए जाने मगरा ए पहला दरबार मूव ऐ ते 4 नवंबर गी जम्मू च दफ्तर खुल्ली जांगन। केंद्र सरकार ने 5 अगस्त की दफा 370 गी हटाया हा ते जम्मू कश्मीर रियासत की 2 केंद्र शासित प्रदेश जम्मू कश्मीर ते लद्दाख च बदलने का फैसला किया। दरबार मूव दे सब्बै दफ्तर श्रीनगर च 25 अक्तूबर गी बंद होई जांगन ते 4 नवंबर गी जम्मू च खुल्ली जांगन, जिस दौरान राज्यपाल सत्यपाल मलिक होरें गी गार्ड ऑफ आनर भी पेश कीता जाग। साबका उपमुख्यमंत्री कविंदर गुप्ता होरें वार्ड नंबर 50 छन्नी हिम्मत दे कारपोरेटर कन्नै रलियै छन्नी हिम्मत सैक्टर 1 दी अंदरूनी सड़क उप्पर लुक पाने दे कम्मै गी शुरू करोआया। एह्दे उप्पर 7 लक्ख रपे की लागत आग। अज्ज आले कम्मै गी शुरू कराने बारे बोलदे होई गुप्ता होरें आखेआ जे इस कम्मै गी शुरू कीता गेआ ऐ ते सब्भनें बकाया सड़कें उप्पर लुक पाने दा कम्म मरहलेवार ढंगै सिर सबूरा कीता जाग। उनें गलाया जे कम्मै दे म्यार कन्नै कोई समझौता नेईं कीता जाग। एह् खबरां तुस रेडियो कश्मीर जम्मू परा सुना'रदे ओ ते हुन बाकी दियें खबरें कन्नै प्रोमिला जम्वाल। अज्ज पूरे मुल्खै च महाअष्टमी दा त्यौहार पूरी धार्मिक श्रद्धा ते जज्बे कन्नै मनाया जा'रदा ऐ। दुर्गा अष्टमी नरातें दा सब्भनें शा महत्व आह्ला ध्याड़ा समझेआ जंदा ऐ। अज्ज देवी मां दे मंदरें गी बड़े गै शैल सनाकड़े तरीके नै सजाया गेदा हा। इस दिन लोक बड्डलै कंजकां पूजदे न। गुजरात च विदेशी सैलानी अहमदाबाद ते सूरत च गरबा नाच दा नंद ठोआरदे न। राष्ट्रपति रामनाथ कोविंद ते प्रधानमंत्री नरेन्द्र मोदी होरें महाअष्टमी दे मौके पर लोकें गी मुबारकबाद दित्ती ऐ। श्री मोदी होरें अपने ट्वीट स्नेह च आखेआ ऐ जे दुनिया भरै च दुर्गा पूजा पूरे जज्बे ते जोश कन्नै मनाई जा'रदी ऐ। उनें आखेआ मां दुर्गा शक्ति दलेरी ते मातृत्व दा प्रतीक न। उनें समाज दी भलाई बेहतरी ते कल्याण लई मां दुर्गा दा आशीर्वाद मंगेआ। राज्यपाल सत्यपाल मलिक होरें लोकें गी मां नौमी ते दशहरे दियां शुभकामनां दित्तियां। अपने स्नेह च राज्यपाल होरें इनें त्यौहारें गी बुराई पर अच्छाई ते धर्म दी जित्त करार दित्ता। उनें गलाया जे एह् त्यौहार साढ़ी समृद्ध विरासत, भाईचारे, आपसी सौहार्द दा प्रतीक न ते आपसी समोध गी बढ़ावा दिंदे न। राज्यपाल होरें जम्मू कश्मीर ते लद्दाख दे लोकें दी भलाई बेहतरी दी कामना भी कीती। भारतीय सेना दी क्रॉस सॉर्ड्स डिवीजन ने अज्ज अखनूर दे टांडा हैलीपैड मैदान च वीर कुटुंब रैली दा आयोजन कीता। एह्दा मकसद बुजुर्गें, वीर नारियें ते उंदे परिवार तक्कर अपनी पहुंच बनाना हा। इस मौके पर क्रॉस सॉर्ड्स डिवीजन दे GOC मेजर जनरल आर दीवान मुक्ख परौह्ने हे। आकाशवाणी दे संवाददाता विजय बजाज होरें खबर दित्ती ऐ जे रैली च साबका फौजियें ते वीर नारियें बधी चढ़ियै हिस्सा लैता। इस दौरान उनेंगी उंदे अधिकारें बारे जागरूक कीता गेआ। मेजर जनरल आर दीवान होरें अपने संबोधन च आखेआ जे वीरें दे बलिदान की कोई मुआवजा पुर नहीं करी सकता। एक सर्विसमैन रैली का उद्देश्य हमारे भूतपूर्व सैनिकों और वीर नारियों एवं उनके परिजनों का सम्मान करना, उनकी समस्याओं का समाधान करने की कोशिश करना और साथ ही हमारी सरकार और सेना द्वारा चलाए जा रहे वेलफेयर स्कीम्स की जानकारी देना है। इतिहास गवाह है कि जब भी देश पर कोई आपत्ति आई है, हमारे भूतपूर्व सैनिकों ने देश की सेवा के लिए फौज के साथ कंधे से कंधा मिलाकर काम किया है। आप लोगों के निरंतर प्रयास और बलिदान को भारतीय सेना और देश हमेशा याद रखेगा। अपने भाषण च जम्मू कश्मीर साबका फौजियों की लीग के प्रधान सेवानिवृत्त मेजर जनरल गोवर्धन सिंह जम्वाल होरें आखिया जे मोदी सरकार साबका फौजियें ते वीर नारियें दी बहबूदी लेई मता किश करारदी ऐ। इस दौरान एक मुफ्त मेडिकल ते डेंटल कैंप भी लोआया गया। शहीदें दे परिवार आलें गी ते विकलांग फौजियें गी स्कूटियां, व्हीलचेयर ते होर दूआ समान भी दित्ता गया। रामबन दे ADDC डॉ बशारत हुसैन होरें अज्ज सरकारी हाई स्कूल चंद्रकोट च लग्गे दे एक समारोह की अध्यक्षता कीती। इस दौरान 46 दिव्यांग बच्चें गी मुफ्त सहायक समान ते उपकरण बंडे गए। इस समारोह दा सरिस्ता समग्र शिक्षा दे निदेशक डॉ अरुण मनास हुंदी सरपरस्ती च मसनूई अंग बनाने आले निगम LMCO दे सहयोग कन्नै आयोजित कीता गेदा हा। इस दौरान जरूरतमंद बच्चें गी व्हीलचेयर, मसनूई अंग, CP चेयर, सुनने आले उपकरण, स्मार्ट छड़ियां, फोड़ियां ते ब्रेल किटां वगैरा दित्तियां गईयां। ਇਹ ਸਭੇ 46 ਲਾਭਕਾਰੀ ਬਟੋਤ, ਰਾਮਬਨ ਤੇ ਗੂਲ ਸ਼ਿਕਸ਼ਾ ਜ਼ੋਨ ਦੇ ਹੇ। ਕੱਲ ਸਰਕਾਰੀ ਹਾਈ ਸਕੂਲ ਰਾਮ ਸੂਚ ਵੀ ਬਨਾਲ, ਖਾੜੀ ਤੇ ਉਖਰਾਲ ਸ਼ਿਕਸ਼ਾ ਜ਼ੋਨ ਗਿਤੇ ਇਸੇ 40 ਦਾ ਇੱਕ ਪ੍ਰੋਗਰਾਮ ਕਰਵਾਇਆ ਗਿਆ। ਪਿਛਲੇ 2 ਦਿਨੇ ਚ ਤਾਲੇਗੇ ਦੇ 270 ਬੱਚੇ ਚਾ
98 दिव्यांग बच्चें गी मसनूई अंग ते उंदी सहायता गी ते समयान मुफ्त बंडिया गया। राज्य च महिला ते बाल विकास विभाग दे महानिदेशक मीर तारिक अली होरें दुए अधिकारियें कन्नै आर एस पुरा दे निगरानी गृह दा दौरा लाया जित्थे उनें किशोरें ते अमलें कन्नै गल्लबात कीती। महानिदेशक होरें बच्चें दी सेहतु दी बकायदा जांच कराने ताई ते उनेंगी मुनासब गिजा देने दी ताकीद कीती। उनें उत्थे रौहने आले कन्नै गल्ल करियै हासल सहूलतें दा जायजा भी लिया। उनें निर्देश दित्ते जे उंदी समस्याएं दा समयबद्ध तरीके नै निपटारा कीता जा। मगरा डीजी होरें नारी निकेतन ते बाल आश्रम जाइयै उत्थें आसरमा पाए दे लोकें कन्नै गल्लबात कीती। ग्रामीण विकास ते पंचायती राज सचिव शीतल नंदा होरें अफसरें दा आह्वान कीता ऐ जे ओह महत्वै आह्लियें स्कीमें दे लाह जमीनी सतह तक्कर पजाने लेई स्कीमें दी अमलावरी पर नेड़मी ताड़ रखन। कल जम्मू च जम्मू डिवीजन दे जिलें च विभाग दी कारकरदगी दा जायजा लैने लेई लाई गेदी इक मीटिंग दी अध्यक्षता करदे होई उनें अफसरें गी ताकीद कीती जे ओह लोकें दियें आसें तांगें पर खरा उतरन ते उंदियें समस्याएं ते नबेड़े लेई उंदी पहुंच तक्कर रौह्न। उनें आखेआ जे लोकें गी मते शा मते लाह पजाने ताई ग्राम सभाएं च उंदी शिरकत यकीनी करनी होग। खीरेच खास खबर इक बारी परतिए। जैश ए मोहम्मद दा आतंकवादी बारामूला सवां गिरफ्तार, ओहदे कब्जे शा असला ते बरूद बरामद कीता गया। नैशनल कांफ्रेंस दा 15 मिम्बरी प्रतिनिधिमंडल डॉ फारूक अब्दुल्ला ते उमर अब्दुल्ला होरें गी मिलेआ ते मुल्ख दे बक्ख बक्ख हिस्सें च अज्ज दुर्गा अष्टमी मनाई जा'रदी ऐ। राष्ट्रपति रामनाथ कोविंद, प्रधानमंत्री नरेंद्र मोदी ते राज्यपाल सत्यपाल मलिक होरें लोकें गी महानौमी ते दशहरे दियां मुबारकबादां दित्तियां। एह्दे कन्नै गै खबरें दा बुलेटिन समाप्त होआ।